ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਆਪਾਂ ਇਤਿਹਾਸ ਬਾਰੇ ਕੁਝ ਵਿਚਾਰ ਕਰਨੀ ਹੈ ਕਿ ਅਸਲ ਚ ਇਤਿਹਾਸ ਹੁੰਦਾ ਕੀ ਹੈ ਗੁਰੂ ਪਿਆਰ ਵਾਲਿਓ ਸਾਨੂੰ ਅੱਜ ਤੱਕ ਇਹ ਵੀ ਸਮਝ ਨਹੀਂ ਆਈ ਅਸੀਂ ਸਾਖੀਆਂ ਨੂੰ ਇਤਿਹਾਸ ਮੰਨੀ ਬੈਠੇ ਹਾਂ ਜਿਹੜੀਆਂ ਕਾਲਪਨਿਕ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਜਾਂ ਸੰਸਾਰ ਤੋਂ ਵਿਦਾ ਹੋਣ ਤੋਂ ਬਾਅਦ 150 200 ਸਾਲ ਬਾਅਦ ਦੇ ਵਿੱਚ ਲਿਖੀਆਂ ਗਈਆਂ ਨੇ ਉਹਨਾਂ ਨੂੰ ਵੀ ਬਹੁਤੇ ਅਣਜਾਣ ਲੋਕ ਇਤਿਹਾਸ ਬਣਾਈ ਬੈਠੇ ਨੇ ਜਦੋਂ ਕਿ ਉਹ ਕਾਲਪਨਿਕ ਕਹਾਣੀਆਂ ਨੇ ਉਹਨਾਂ ਕਹਾਣੀਆਂ ਤੇ ਆਧਾਰਿਤ ਅੱਗੋਂ ਸੂਰਜ ਪ੍ਰਕਾਸ਼ ਵਰਗੇ ਜੋ ਵੱਡੇ ਗ੍ਰੰਥ ਨੇ ਭਾਈ ਸੰਤੋਖ ਸਿੰਘ ਦਾ ਲਿਖਿਆ ਹੋਇਆ ਉਹ ਹੋਣ ਦੇ ਵਿੱਚ ਆ ਗਏ ਜਦੋਂ ਕਿ ਉਹ ਗੁਰਬਾਣੀ ਦੀ ਕਿਸਵੱਟੀ ਤੇ खरे ਨਹੀਂ ਉਤਰਦੇ ਇਸੇ ਤਰ੍ਹਾਂ ਅੱਗੋਂ ਗਿਆਨੀ ਗਿਆਨ ਸਿੰਘ ਨੇ ਬਹੁਤ ਕੁਝ ਲਿਖਿਆ ਚੰਗਾ ਵੀ ਅਤੇ ਮਾੜਾ ਵੀ ਅਰਤਨ ਸਿੰਘ ਭੰਗੂ ਨੇ ਬਹੁਤ ਕੁਝ ਲਿਖਿਆ ਚੰਗਾ ਵੀ ਹੈ ਅਤੇ ਨਾਮਨਨਯੋਗ ਵੀ ਹੈ ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਵਿਦਵਾਨ ਹੋਏ ਨੇ ਮੈਨੂੰ ਉਹਨਾਂ ਦੀ ਨੀਅਤ ਤੇ ਸ਼ੰਕਾ ਨਹੀਂ ਪਰ ਦੁਨੀਆ ਦਾ ਵਿਕਾਸ ਹੈ ਮਾਨਸਿਕ ਤੌਰ ਤੇ ਇਹ ਹੁੰਦਾ ਰਿਹਾ ਹੈ ਤੇ ਹੁੰਦਾ ਰਹਿਣਾ ਚਾਹੀਦਾ ਹੈ ਦੁਨੀਆ ਦੇ ਸਿਆਣੇ ਲੋਕਾਂ ਨੇ ਤਾਂ ਆਪਾਂ ਕਦੀ ਆਪ ਪੜ੍ਹ ਕੇ ਵੇਖ ਲੈਣਾ ਉਹਨਾਂ ਨੇ ਤਾਂ ਆਪਣੀਆਂ ਧਰਮ ਪੁਸਤਕਾਂ ਦੇ ਵਿੱਚੋਂ ਵੀ ਬਹੁਤ ਸਾਰੇ ਧਰਮ ਵਾਲਿਆਂ ਨੇ ਜਿਹੜੀਆਂ ਗੱਲਾਂ ਅੱਜ ਉਹਨਾਂ ਨੂੰ ਠੀਕ ਪੂਰੀਆਂ ਨਹੀਂ ਉਤਰਦੀਆਂ ਮਹਿਸੂਸ ਹੁੰਦੀਆਂ ਉਹ ਵੀ ਕੱਢ ਦਿੱਤੀਆਂ ਨੇ ਬਾਈਬਲ ਨੂੰ ਕਈ ਵਾਰੀ ਸੋਧ ਲਿਆ ਗਿਆ ਕਿਤੇ 올ਡ ਟੈਸਟਾਮੈਂਟ ਕਿਤੇ ਨਿਊ ਟੈਸਟਾਮੈਂਟ ਆਦਿਕ ਦੇ ਕਈ ਉਹਦੇ ਐਡੀਸ਼ਨ ਵੱਖੋ ਵੱਖਰੇ ਢੰਗਾਂ ਨਾਲ ਛਪੇ ਹੋਏ ਨੇ ਗੁਰੂ ਪਿਆਰ ਵਾਲਿਓ ਇਤਿਹਾਸ ਹੈ ਜਿਹੜਾ ਜਿੰਨੀ ਉਹਨਾਂ ਲੋਕਾਂ ਦੀ ਬੁੱਧੀ ਸੀ ਸਮਝ ਸੀ ਉਤਨਾ ਉਹਨਾਂ ਵੀਰਾਂ ਨੇ ਉਹਨਾਂ ਬਜ਼ੁਰਗਾਂ ਨੇ ਲਿਖ ਕੇ ਸਾਡੇ ਸਾਹਮਣੇ ਰੱਖ ਦਿੱਤਾ ਪਰ ਆ ਸਾਡੇ ਉੱਤੇ ਕੋਈ پابੰਦੀਆਂ ਨਹੀਂ ਕਿ ਅਸੀਂ ਉਹਨਾਂ ਨੂੰ ਇਨ ਬਿਨ ਉਸੇ ਤਰ੍ਹਾਂ ਮੰਦੇ ਜਾਈਏ ਕਿਉਂਕਿ ਸਮਾਜ ਦੇ ਵਿੱਚ ਖੋਜ ਦੀਆਂ ਵਿਧੀਆਂ ਨਵੀਆਂ ਤੋਂ ਨਵੀਆਂ ਨਿਤ ਵਿਕਸਤ ਹੁੰਦੀਆਂ ਨੇ ਉਹਨਾਂ ਜ਼ਮਾਨਿਆਂ 'ਚ ਪੜ੍ਹਾਈ ਲਿਖਾਈ ਤਾਂ ਓਕਾ ਹੀ ਨਹੀਂ ਸੀ ਮੈਂ ਆਪਣੇ ਬਚਪਨ ਦੇ ਸਮੇਂ ਵਿੱਚ ਆਪਣੇ ਦਾਦਾ ਜੀ ਨੂੰ ਵੇਖਿਆ ਕਿ ਉਹ 20 ਤੱਕ ਹੀ ਗਿਣਨ ਜਾਣਦੇ ਸਨ ਇਤੋਂ ਵੱਧ ਉਹ ਗਿਣਨ ਤੱਕ ਨਹੀਂ ਸੀ ਜਾਣਦੇ ਮੇਰੇ ਪਿਤਾ ਜੀ 100 ਤੱਕ ਗਿਣਨ ਜਾਣਦੇ ਸਨ ਪਰ ਹੋਰ ਘਟਾ ਵਧਾ ਜੋੜ ਤੋੜ ਆਦਿਕ ਲਿਖਣਾ ਪੜਨਾ ਉਹਨਾਂ ਨੂੰ ਨਹੀਂ ਆਉਂਦਾ ਸੀ ਕੇਵਲ 35 ਅੱਖਰਾਂ ਦਾ ਉਹਨਾਂ ਨੂੰ ਪਤਾ ਸੀ ਜਿਹੜੇ ਕਿ ਸਾਨੂੰ ਜ਼ਮੀਨ ਤੇ ਲਕੀਰਾਂ ਕੱਢ ਕੇ ਰਾਖ ਵਿਛਾ ਕੇ ਸਾਨੂੰ ਅਗੋਂ ਲਿਖਣਾ ਸਿਖਾ ਦਿੰਦੇ ਸਨ ਕੇਵਲ 35 ਅੱਖਰ ਤੇ ਗੁਰੂ ਪਿਆਰ ਵਾਲਿਓ ਕਦੀ ਸੋਚ ਕੇ ਵੇਖੋ ਜੇ ਮੈਂ ਆਖਾਂ ਕਿ ਮੇਰੇ ਦਾਦਾ ਜੀ ਪੜੇ ਹੋਏ ਨਹੀਂ ਸੀ ਤੇ ਫਿਰ ਮੈਂ ਕਿਉਂ ਪੜਾਂ ਮੇਰੇ ਫਾਦਰ ਸਾਹਿਬ ਬਹੁਤ ਥੋੜੇ ਜਿھے ਪੜੇ ਹੋਏ ਸੀ ਫਿਰ ਮੈਂ ਕਿਉਂ ਪੜਾਂ ਜੇ ਮੈਂ ਘੱਟ ਪੜਿਆ ਹੋਇਆ ਤਾਂ ਮੈਂ ਆਪਣੇ ਬੱਚਿਆਂ ਨੂੰ ਕਿਉਂ ਪੜਾਵਾਂ ਤੇ ਮੇਰੇ ਬੱਚੇ ਵੀ ਅੱਗੋਂ ਕਹਿਣ ਸਾਡਾ ਬਾਪ ਨਹੀਂ ਸੀ ਪੜਿਆ ਹੋਇਆ ਅਸੀਂ ਕਿਉਂ ਪੜਹੀਏ ਇਹ ਤਾਂ ਸਗੋਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਮਾਨਸਿਕ ਵਿਕਾਸ ਲਗਾਤਾਰ ਹੋਵੇ ਤੇ ਅੱਗੇ ਤੋਂ ਅੱਗੇ ਆਪਾਂ ਤਰੱਕੀ ਕਰੀਏ 1890 ਦੇ ਵਿੱਚ ਪਹਿਲੀ ਵਾਰੀ ਨੈਨੋ ਨਾਮ ਦੇ ਇੱਕ ਵਿਗਿਆਨੀ ਨੇ ਛੋਟੀ ਕਾਰ ਬਣਾਈ ਜਿਹਨੂੰ ਅੱਜ ਅਸੀਂ ਕਾਰਾਂ ਕਹਿੰਦੇ ਆ ਉਹ ਇਹੋ ਜਿਹੀ ਕਾਰ ਨਹੀਂ ਸੀ ਬਲਕਿ ਜਿਹੜੇ ਅੱਜ ਬਠਿੰਡੇ ਸੰਗਰੂਰ ਏਰੀਏ 'ਚ ਪੀਟਰ ਇੰਜਣ ਲਾ ਕੇ ਫਿਟਫਿਟੀਆਂ ਰੇੜੇ ਕਿਸਾਨ ਲਈ ਫਿਰਦੇ ਨੇ ਖੇਤਾਂ 'ਚ ਉਹ ਕਾਰ ਕੇਵਲ ਇਨ੍ਹਾਂ ਫਿਟਫਿਟੀਆਂ ਰੇੜੇ ਵਰਗੀ ਸੀ ਪਰ ਲੋਕਾਂ ਨੇ ਕੋਠਿਆਂ ਤੇ ਚੜ ਚੜ ਕੇ ਉਹ ਕਾਰ ਵੇਖੀ ਕਿ ਵਾਹ ਕਮਾਲ ਕਰ ਦਿੱਤੀ 1890 ਦੇ ਵਿੱਚ ਇੱਕ ਵਿਗਿਆਨੀ ਨੇ ਕੁਝ ਇਹੋ ਜਿਹੀ ਚੀਜ਼ ਬਣਾ ਦਿੱਤੀ ਜਿਹੜੀ ਜਾਨਵਰਾਂ ਤੋਂ ਬਿਨਾ ਬੰਦਿਆਂ ਦੇ ਖਿੱਚਣ ਤੋਂ ਬਿਨਾ ਆਪਣੇ ਆਪ ਦੌੜ ਰਹੀ ਹੈ ਤੇ ਉਸ ਕਾਰ ਦੇ ਵਿੱਚ ਲਗਾਤਾਰ ਵਿਕਾਸ ਹੋਇਆ ਤੇ ਅੱਜ ਕਾਰਾਂ ਇਹੋ ਜਿਹੀਆਂ ਬਣ ਗਈਆਂ ਨੇ ਤੇ ਬਟਨ ਦੱਬਣ ਦੇ ਨਾਲ ਉਹਦੇ ਵਿੱਚ ਸਾਰੇ ਕੰਮ ਆਪਣੇ ਆਪ ਹੋਈ ਜਾਂਦੇ ਨੇ ਇਹ ਵਿਕਾਸ ਹੋਇਆ ਤੇ ਕਿਸੇ ਨੇ ਇਹ ਨਹੀਂ ਆਖਿਆ ਕਿ ਜੇ ਪੁਰਾਣੇ ਕਿਸੇ ਬੰਦੇ ਨੇ ਕਾਰ ਇਹੋ ਜਿਹੀ ਬਣਾਈ ਸੀ ਅਸੀਂ ਉਹ ਤੋਂ ਵਧੀਆ ਕਿਉਂ ਬਣਾਈਏ ਇਸੇ ਤਰ੍ਹਾਂ ਇਤਿਹਾਸ ਸਾਰੀ ਦੁਨੀਆ ਦਾ ਲਿਖਿਆ ਅਤੇ ਸੋਧਿਆ ਜਾ ਰਿਹਾ ਹੈ ਜਿਹੜਾ ਅੱਜ ਸਾਨੂੰ ਠੀਕ ਨਹੀਂ ਲੱਗਦਾ ਉਹਨੂੰ ਆਪਾਂ ਦਲੀਲਾਂ ਸਾਹਤ ਰੱਦ ਕਰ ਸਕਦੇ ਹਾਂ ਅਤੇ ਵਧੀਆ ਗੱਲ ਅੱਗੇ ਲਿਆ ਸਕਦੇ ਹਾਂ ਹੁਣ ਸਾਡੇ ਬਹੁਤ ਸਾਰੇ ਜਿਹੜੇ ਪ੍ਰਚਾਰਕ ਨੇ ਸਟੇਜਾਂ ਦੇ ਉੱਤੇ ਬਿਨਾ ਪੜ੍ਹੇ ਵਿਚਾਰੇ ਤੋਂ ਬਿਨਾ ਸਮਝ ਸੂਝ ਤੋਂ ਉਹ ਇਹੋ ਜਿਹੀਆਂ ਮਨਕੜੰਤ ਸਾਖੀਆਂ ਸਟੇਜਾਂ ਤੇ ਸੁਣਾਈ ਜਾ ਰਹੇ ਨੇ ਜੇ ਕੋਈ ਬੰਦਾ ਪੜ੍ਹਿਆ ਲਿਖਿਆ ਪਹਿਲੀ ਗੱਲ ਤਾਂ ਗੁਰਦੁਆਰੇ ਜਾਂਦਾ ਕੋਈ ਨਹੀਂ ਤੇ ਜੇ ਕੋਈ ਜਾਵੇਗਾ ਵੀ ਤਾਂ ਉਹ ਉੱਥੇ ਹੱਸ ਕੇ ਵਾਪਸ ਆ ਜਾਵੇਗਾ ਕਿ ਇਹੋ ਜੀ ਮੂਰਖਤਾ ਨਾਲੋਂ ਤਾਂ ਐਵੇਂ ਚੰਗੇ ਸੀ ਮੈਨੂੰ ਕੀ ਲੋੜ ਹੈ ਇਹਨਾਂ ਦਾ ਕੰਮਲ ਸੁਣਨ ਦੀ ਕਿਤੇ ਗੁਰੂ ਸਾਹਿਬ ਨੂੰ ਹਵਾ ਚ ਉਡਾਈ ਫਿਰਦੇ ਨੇ ਕਿਤੇ ਗੁਰੂ ਸਾਹਿਬ ਨੂੰ ਵੇਈ ਨਦੀ ਦੇ ਵਿੱਚ ਚੁੱਭੀਆਂ ਲਵਾਈ ਜਾਂਦੇ ਨੇ ਤਾਂ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ 26 ਸਾਲ ਭੋਰੇ ਚ ਵਾੜੀ ਰੱਖਦੇ ਨੇ ਕਿ ਤਪੱਸਿਆ ਕਰ ਰਹੇ ਸਨ ਤੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਗਰਦਨ ਆਪਣੇ ਆਪ ਕੱਟੀ ਗਈ ਉਹਨਾਂ ਦੇ ਉੱਤੇ ਤਲਵਾਰ ਦਾ ਵਾਰ ਕਰਨ ਦੀ ਲੋੜ ਹੀ ਨਹੀਂ ਪਈ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਕਹਾਣੀਆਂ ਪ੍ਰਚਲਿਤ ਕੀਤੀਆਂ ਗਈਆਂ ਨੇ ਗੁਰੂ ਪਿਆਰ ਵਾਲਿਓ ਇਹ ਤਾਂ ਕੇਵਲ ਸੰਕੇਤਮਾਤਰ ਹੈ ਸਾਰੇ ਦਾ ਸਾਰਾ ਜੋ ਸਾਡਾ ਲਿਖਤ ਦਾ ਮੈਟਰ ਹੈ ਉਹ ਭਰਿਆ ਪਿਆ ਇਹੋ ਜੀਆਂ ਕਹਾਣੀਆਂ ਨਾਲ ਜਿਨ੍ਹਾਂ ਦਾ ਅੱਜ ਦੇ ਸਮੇਂ 'ਚ ਸਾਡਾ ਕੁਝ ਨਹੀਂ ਸਮਾਰਨਾ ਤੇ ਉਹਨਾਂ ਕਹਾਣੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਧ ਕੇ ਇਤਿਹਾਸ ਲਿਖਣਾ ਸੀ ਪਰ ਦੁਖਦਾਈ ਪਹਿਲੂ ਇਹ ਹੈ ਕਿ ਉਹਨਾਂ ਨੇ ਤਾਂ ਗੁਰਬਲਾਸ ਪਾਤਸ਼ਾਹੀ 6ਵੀਂ ਉਹਨੂੰ ਪ੍ਰਮੋਟ ਕੀਤਾ ਜਿਹੜੀ ਕਿ ਗੁਰੂ ਸਾਹਿਬ ਦੀ ਤੋਹਫੀ ਕਰਨ ਵਾਲੀ ਕਿਤਾਬ ਹੈ ਉਹਨਾਂ ਨੇ ਤਾਂ ਸਿੱਖ ਇਤਿਹਾਸ ਦੇ ਨਾਮ ਥੱਲੇ ਹਿੰਦੀ ਦੇ ਵਿੱਚ ਇੱਕ ਕਿਤਾਬ ਛਪਵਾਈ ਜਿਹੜੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਣਿਆਂ ਨੇ ਉਹਦੇ ਵਿੱਚੋਂ ਅੰਸ਼ ਕੱਢ ਕੇ ਸੰਗਤਾਂ ਦੇ ਸਾਹਮਣੇ ਲਿਆਂਦੇ ਤੇ ਉਹਦੇ ਵਿੱਚ ਗੁਰੂ ਸਾਹਿਬ ਦੀ ਪੁੱਜ ਕੇ ਤਾਹਵੀਨ ਕੀਤੀ ਗਈ ਸੀ ਉਹ ਪਹਿਲਾਂ ਕਿਤਾਬ ਛਪਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪਰ ਉਹਦਾ ਕੂੜ ਕੁਫਰ ਹੈ ਉਹ ਦਿੱਲੀ ਕਮੇਟੀ ਸਰਦਾਰ ਪਰਮਜੀਤ ਸਿੰਘ ਸਰਨਾਹੁਰਾਂ ਵੱਲੋਂ ਉਹ ਕੂੜ ਕੁਫਰ ਸਾਹਮਣੇ ਲਿਆਂਦਾ ਗਿਆ ਸੀ ਤਾਂ ਲੋਕਾਂ ਨੂੰ ਪਤਾ ਲੱਗਿਆ ਇਸੇ ਤਰ੍ਹਾਂ ਸੂਰਜ ਪ੍ਰਕਾਸ਼ ਨੂੰ ਸੋਧ ਕੇ ਲਿਖਣ ਦੀ ਜ਼ਿੰਮੇਵਾਰੀ ਡਾਕਟਰ ਕਿਰਪਾਲ ਸਿੰਘ ਦੀ ਲਈ ਗਈ ਹੈ ਪਰ ਉਹ ਵੀ ਸੋਧ ਨਹੀਂ ਸਕਣਗੇ ਕਿਉਂਕਿ ਉਹਨਾਂ ਤੇ ਵੀ ਦਬਾਅ ਪਿਆ ਹੋਇਆ ਸਾਰੀਆਂ ਗਲਤ ਗੱਲਾਂ ਉਹ ਕੱਢ ਨਹੀਂ ਸਕਣਗੇ ਕਿਰਪਾਲ ਸਿੰਘ ਦੀ ਹੀ ਸੰਪਾਦਿਤ ਕੀਤੀ ਜਨਮ ਸਾਖੀ ਪਰੰਪਰਾ ਕਿਤਾਬ ਮੈਂ ਲੰਮੇ ਸਮੇਂ ਤੋਂ ਪੜਦਾ ਆ ਰਿਆਂ ਉਹਦੇ ਵਿੱਚ ਵੀ ਬੇਅੰਤ ਗਲਤ ਗੱਲਾਂ ਸਰਦਾਰ ਕਿਰਪਾਲ ਸਿੰਘ ਨੇ ਕਾਇਮ ਰੱਖੀਆਂ ਹੋਈਆਂ ਨੇ ਤੇ ਦਲੀਲ ਕੋਈ ਨਹੀਂ ਕਹਿ ਦਿੰਦਾ ਕਿ ਉਹ ਸਾਖੀ ਜੀ ਵੀ ਲਿਖਿਆ ਉਹਦੇ ਚ ਵੀ ਲਿਖਿਆ ਫਿਰ ਆਪਾਂ ਨੂੰ ਇਹ ਸਾਖੀ ਮੰਨ ਲੈਣੀ ਚਾਹੀਦੀ ਹੈ ਤੇ ਗੁਰੂ ਪਿਆਰ ਵਾਲਿਓ ਗੁਰੂ ਅਮਰਦਾਸ ਸਾਹਿਬ ਦੇ ਸਿਰ ਦੇ ਵਿੱਚ ਜੂਵਾਂ ਪੈ ਗਈਆਂ ਸਾਖੀਆਂ ਦੇ ਮੁਤਾਬਕ ਤੇ ਉਹ ਉੱਪਰ ਉਹਨਾਂ ਦੇ ਹੋਰ ਦਸਤਾਰਾਂ ਸਜਾਉਂਦੇ ਰਹਿੰਦੇ ਸੀ ਜਿਹੜੀ ਸਾਲਾਨਾ ਮਿਲਦੀ ਸੀ ਤੇ ਪਰ ਪੁਰਾਣੀ ਦਸਤਾਰ ਉਤਾਰਦੇ ਨਹੀਂ ਸੀ ਉਹਨਾਂ ਦੇ ਸਿਰ ਦੇ ਵਿੱਚੋਂ ਬਦਬੂ ਤੱਕ ਮਾਰਨ ਲੱਗ ਪਈ ਤੇ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਪੈਰ ਨੂੰ ਕੋੜ ਲੱਗ ਗਿਆ ਸਾਖੀਆਂ ਦੇ ਮੁਤਾਬਕ ਗੁਰੂ ਅਮਰਦਾਸ ਸਾਹਿਬ ਉਸ ਕੋੜ ਦੀ ਪੀਕ ਨੂੰ ਆਪਣੇ ਮੂੰਹ ਨਾਲ ਬਾਹਰ ਕੱਢਦੇ ਸੀ ਗੁਰੂਪਿਆਰ ਵਾਲਿਓ ਕਦੀ ਸੋਚ ਕੇ ਤਾਂ ਦੇਖੋ ਤੇ ਇੰਨੀ ਤੋਹਫੀਨ ਗੁਰੂ ਸਾਹਿਬ ਦੀ ਆਪ ਕਰ ਰਹੇ ਹੋ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਪ੍ਰਾਪਤੀ ਵਾਸਤੇ ਬਾਬੇ ਬੁੱਢੇ ਕੋਲ ਭੇਜੀ ਜਾ ਰਹੇ ਨੇ ਸਾਧ ਸੰਤ ਸਾਰੇ ਕੁਝ ਤਾਂ ਸੋਚ ਲਓ ਕਿ ਮਾਤਾ ਗੰਗਾ ਜੀ ਦਾ ਅਪਮਾਨ ਨਾ ਕਰੋ ਤੇ ਮਾਤਾ ਗੰਗਾ ਜੀ ਦੀ ਗੱਲ ਇੱਥੇ ਨਹੀਂ ਮੁੱਕ ਗਈ ਬਾਬੇ ਬੁੱਢੇ ਨੇ ਉਹਨਾਂ ਨੂੰ ਸ਼ਰਾਪ ਵੀ ਦੇ ਦਿੱਤਾ ਤੇ ਬਾਦੇ ਵਿੱਚ ਖੁਸ਼ ਹੋ ਕੇ ਮੰਤਰ ਦੇ ਦਿੱਤਾ ਤੇ ਮੰਤਰ ਚੂਸ ਲਿਆ ਮਾਤਾ ਗੰਗਾ ਨੇ ਤੇ ਉੱਥੇ ਬੈਠੇ ਬੈਠੇ ਹੀ ਗਰਭ ਬਤੀ ਹੋ ਗਈ ਤੇ ਗੁਰੂ ਪਿਆਰ ਵਾਲਿਓ ਕਦੀ ਇਸ ਤਰ੍ਹਾਂ ਸਾਰਾ ਸੰਭਵ ਹੈ ਪ੍ਰਸਾਦ ਸੰਤਾ ਨੇ ਬਾਬੇ ਬੁੱਢੇ ਦੇ ਨਾਮ ਤੇ ਗੁਰਦੁਆਰੇ ਵੀ ਬਣਾਏ ਨੇ ਤੇ ਲੋਕਾਂ ਨੂੰ ਪੁੱਤਰ ਵੀ ਦੇਈ ਜਾ ਰਹੇ ਨੇ ਤੇ ਇਹਨਾਂ ਨੂੰ ਪੁੱਛਣਾ ਵਾਲਾ ਹੋਵੇ ਕਿ ਕੀ ਇਸ ਤਰ੍ਹਾਂ ਪਤੀ ਪਤਨੀ ਦੇ ਮੇਲ ਤੋਂ ਬਿਨਾ ਕਿਸੇ ਨੂੰ ਪੁੱਤਰ ਦਿੱਤਾ ਜਾ ਸਕਦਾ ਹੈ ਕਿ ਇਹ ਸੰਭਵ ਹੈ ਅਰਦਾਸ ਨਾਲ ਪੁੱਤਰ ਹੋ ਸਕਦੇ ਨੇ ਕੀ ਧੀ ਆ ਦੁਸ਼ਮਣ ਨੇ ਤੁਹਾਡੀਆਂ ਈਆਂ ਦੀ ਅਰਦਾਸ ਨਹੀਂ ਕਰਨੀ ਜੇ ਤੁਸੀਂ ਅਰਦਾਸਾਂ ਹੀ ਕਰਕੇ ਬੱਚੇ ਪੈਦਾ ਕਰਨੇ ਨੇ ਫਿਰ ਤੇ ਧੀ ਅਤੇ ਪੁੱਤਰ ਬਰਾਬਰ ਹੋਣੇ ਚਾਹੀਦੇ ਆ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਦੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵੱਡੀ ਭੈਣ ਬੇਬੇ ਨਾਨਕੀ ਦੇ ਕੋਈ ਔਲਾਦ ਨਹੀਂ ਸੀ ਪਰ ਗੁਰੂ ਨਾਨਕ ਸਾਹਿਬ ਨੇ ਕੋਈ ਦਾਵਾ ਨਹੀਂ ਕੀਤਾ ਕਿ ਮੈਂ ਅਰਦਾਸ ਕਰਕੇ ਤੁਹਾਡੇ ਪੁੱਤਰ ਪੈਦਾ ਕਰ ਦਿਆਂਗਾ ਸਗੋਂ ਆਪਣਾ ਵੱਡਾ ਬੇਟਾ ਸ੍ਰੀ ਚੰਦ ਉਹਨਾਂ ਦੇ ਹਵਾਲੇ ਕਰ ਦਿੱਤਾ ਕਿ ਭੈਣ ਇਹ ਤੂੰ ਸਾਹਮ ਆਪਣਾ ਇਹਨੂੰ ਪਾਲ ਪੜ੍ਹਾ ਜਿਵੇਂ ਵੀ ਤੂੰ ਚਾਹੇਂਗੀ ਆਪਣਾ ਇਹਦੇ ਨਾਲ ਹੱਸ ਖੇਲ ਕੇ ਵਕਤ ਗੁਜ਼ਾਰ ਮੈਂ ਯਾਤਰਾ ਤੇ ਚੱਲੇ ਆ ਇਸੇ ਤਰ੍ਹਾਂ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦਾ 26 ਸਾਲ ਰਿਹਾ ਪ੍ਰਧਾਨ ਉਹਦੇ ਕੋਈ ਔਲਾਦ ਨਹੀਂ ਹੋਈ ਤੇ ਇਸੇ ਤਰ੍ਹਾਂ ਜਗेंद्र ਸਿੰਘ ਵਿਦਾਂਤੀ ਜਿਹੜਾ ਕਿ ਦਰਬਾਰ ਸਾਹਿਬ ਦਾ ਗ੍ਰੰਥੀ ਰਿਹਾ ਅਕਾਲ ਤਖਬ ਦਾ ਜਥੇਦਾਰ ਰਿਹਾ ਉਹਦੇ ਕੇਵਲ ਇੱਕ ਬੇਟੀ ਐ ਬੇਟਾ ਨਹੀਂ ਹੋਇਆ ਤੇ ਕੋਈ ਕਿਸੇ ਅਰਦਾਸ ਦੇ ਨਾਲ ਉਹਦੇ ਘਰ ਪੁੱਤਰ ਪੈਦਾ ਨਹੀਂ ਹੋਇਆ ਪਰ ਜਿਨ੍ਹਾਂ ਦੇ ਪੁੱਤਰ ਵੀ ਪੈਦਾ ਹੋਏ ਨੇ ਕੀ ਉਹ ਲਾਇਕ ਬਣ ਗਏ ਨੇ ਸੋਚਣ ਵਾਲੀ ਤਾਂ ਗੱਲ ਇਹ ਹੈ ਗੁਰੂ ਪਿਆਰ ਵਾਲਿਓ ਇਸ ਤਰ੍ਹਾਂ ਇਹ ਸਾਰਾ ਇਤਿਹਾਸ ਬਗਾੜਿਆ ਪਿਆ ਗੁਰਬਾਣੀ ਤਾਂ ਸਾਨੂੰ ਕੁਝ ਹੋਰ ਕਹਿੰਦੀ ਹੈ ਵਿਗਿਆਨਕ ਨਜ਼ਰੀਆ ਕੁਝ ਹੋਰ ਕਹਿੰਦਾ ਅੱਜ ਦੀਆਂ ਲੋੜਾਂ ਕੁਝ ਹੋਰ ਨੇ ਪਰ ਸਾਧ ਬਾਬੇ 200 ਸਾਲ 400 ਸਾਲ 500 ਸਾਲ 1000 ਸਾਲ ਪੁਰਾਣੀਆਂ ਕਹਾਣੀਆਂ ਪਾ ਪਾ ਕੇ ਸਾਡਾ ਸਮਾਂ ਬੇਅਰਥ ਗੁਮਾਰੇ ਨੇ ਅਸੀਂ ਜਦੋਂ ਵੀ ਗੁਰਦੁਆਰੇ ਜਾਂਦੇ ਆ ਸਾਨੂੰ ਨਵੀਂ ਗੱਲ ਚੰਗੀ ਗੱਲ ਜ਼ਿੰਦਗੀ ਜਿਉਣ ਦੀ ਵਧੀਆ ਢੰਗ ਉਹ ਸਾਨੂੰ ਘੱਟ ਹੀ ਸੁਣਨ ਨੂੰ ਮਿਲਦਾ ਨਹੀਂ ਤਾਂ ਅਣਪੜ ਭਾਈ ਅਣਪੜ ਕਥਾਵਾਚਕ ਗਈਆਂ ਗੁਜਰੀਆਂ ਪੁਰਾਣਿਕ ਕਥਾਵਾਂ ਕਹਾਣੀਆਂ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਜਾਦੂ ਮੰਤਰਾਂ ਵਾਲੀਆਂ ਕਹਾਣੀਆਂ ਕਾਰਮਾਤਾਂ ਵਾਲੀਆਂ ਕਹਾਣੀਆਂ ਸਾਨੂੰ ਸਾਰੇ ਪਾਸੇ ਉਹੀ ਸੁਣਨ ਨੂੰ ਮਿਲਦੀਆਂ ਨੇ ਜਿਨ੍ਹਾਂ ਨੇ ਸਾਡਾ ਕੁਝ ਵੀ ਨਹੀਂ ਸਮਾਰਨਾ ਇਹਨਾਂ ਕਹਾਣੀਆਂ ਤੋਂ ਸਾਵਧਾਨ ਹੋਣਾ ਸਿੱਧੀ ਕਦੀ ਹਿੰਮਤ ਪੈਦਾ ਕਰੋ ਆਪਣੇ ਅੰਦਰ ਕੇ ਭਾਈਆਂ ਪ੍ਰਚਾਰਕਾਂ ਨੂੰ ਆਖੋ ਕਿ ਗੁਰਬਾਣੀ ਦੇ ਚਾਨਣ ਵਿੱਚ ਭਾਈ ਕਥਾ ਵਾਰਤਾ ਕਰੋ ਨਹੀਂ ਤੇ ਸਾਰੇ ਸਿੱਖ ਭੈਣ ਭਾਈ ਆਪਣੇ ਘਰਾਂ ਚ ਆਪ ਪਾਠ ਕਰੋ ਆਪ ਗੁਰਬਾਣੀ ਨੂੰ ਸਮਝੋ ਇੱਥੇ ਗਲਤ ਸਾਖੀਆਂ ਸੁਣ ਕੇ ਆਪਣਾ ਸਮਾਂ ਅਤੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਆਪਣਾ ਪੈਸਾ ਵੀ ਆਪਣਾ ਸਮਾਂ ਵੀ ਇਹੋ ਜਿਹੇ ਲੋਕਾਂ ਨੂੰ ਦੇਈ ਵੀ ਜਾ ਰਹੇ ਹੋ ਤੇ ਗਲਤ ਕੂੜ ਕਵਾੜਾ ਆਪਣੇ ਦਿਮਾਗਾਂ ਚ ਭਰੀ ਵੀ ਜਾ ਰਹੇ ਹੋ ਵਿਗਿਆਨਕ ਬੱਕਰ ਸਾਹਮਣੇ ਲਿਆਉਣ ਦੇ ਵਿੱਚ ਸਾਨੂੰ ਸੰਕੋਚ ਅਤੇ ਡਰ ਨਹੀਂ ਹੋਣਾ ਚਾਹੀਦਾ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਅੱਜ ਅਜੀਬੀ ਪੱਥਰ ਯੁੱਗ ਦੇ ਵਿੱਚ ਕਾਰਾਮਾਤੀ ਕਹਾਣੀਆਂ ਚ ਫਲਾਣੀ ਥਾਂਵੇਂ ਇਸ਼ਨਾਨ ਕਰਕੇ ਫਲਾਣੇ ਦਾ ਕੋਲ ਠੀਕ ਹੋ ਗਿਆ ਉਹਦੀ ਨਿਗਾ ਠੀਕ ਹੋ ਗਈ ਤੇ ਉਹਨਾਂ ਮੰਤਰ ਪੜ੍ਹ ਕੇ ਠੀਕ ਹੋ ਗਿਆ ਉਹ ਗੁਰੂ ਪਿਆਰ ਵਾਲਿਓ ਅੱਜ ਤੱਕ ਸਾਰੇ ਹਸਪਤਾਲਾਂ ਨੇ ਬੰਦ ਹੋ ਜਾਣਾ ਸੀ ਜੇ ਕਾਰਾਮਾਤਾਂ ਨਾਲ ਕੋ ਠੀਕ ਹੁੰਦੇ ਜੇ ਕਾਰਾ ਮਾਤਾ ਨਾਲ ਕੈਂਸਰ ਠੀਕ ਹੁੰਦੇ ਜੇ ਕਾਰਾ ਮਾਤਾ ਨਾਲ ਨਿਗਾ ਠੀਕ ਹੁੰਦੀ ਤਾਂ ਅੱਜ ਤੱਕ ਸਾਰੇ ਹਸਪਤਾਲ ਬੰਦ ਹੋ ਜਾਣੇ ਸੀ ਤੇ ਜਿਹੜੇ ਵੱਡੇ ਵੱਡੇ ਕੀਰਤਨੀ ਐ ਦਰਬਾਰ ਸਾਹਿਬ ਚ ਕੀਰਤਨ ਕਰਦੇ ਰਹੇ ਨੇ ਮੈਂ ਸਤਿਕਾਰ ਕਰਦਾ ਉਹਨਾਂ ਸਾਰਿਆਂ ਦਾ ਪਰ ਬਹੁਤ ਸਾਰੇ ਨੇਤਰਹੀਣ ਵੀਰ ਵੀ ਸਮੇਤ ਭਾਈ ਗੁਰਮੇਜ ਸਿੰਘ ਦੇ ਉਹ 35 ਸਾਲ ਦਰਬਾਰ ਸਾਹਿਬ ਦਾ ਕੀਰਤਨੀਆ ਬਣ ਕੇ ਸੇਵਾ ਕਰਦਾ ਰਿਹਾ ਭਾਈ ਗੁਰਮੇਦ ਸਿੰਘ ਉਹਦੇ ਤਾਂ ਨੇਤਰਾਂ ਦੀ ਜਿਹੜੀ ਨਿਗਾਹ ਹੈ ਉਹ ਵਾਪਸ ਨਹੀਂ ਆਈ ਗੁਰੂ ਦੀ ਕਿਰਪਾ ਨਾਲ ਇਦੋਂ ਵੱਡੀ ਸੇਵਾ ਹੋਰ ਕੌਣ ਕਰੇਗਾ ਪਰ ਬਲਿਹਾਰ ਜਾਮਾ ਉਸ ਬਹਾਦਰ ਕੀਰਤਨੀ ਜਿੰਦੇ ਜਿਨੇ ਆਪਣੇ ਨੇਤਰਾਂ ਦੀ ਹੀਣਤਾ ਦੇ ਬਾਵਜੂਦ ਲਗਾਤਾਰ ਗੁਰਬਾਣੀ ਨੂੰ ਯਾਦ ਕੀਤਾ ਅਤੇ ਉੱਥੇ ਕੀਰਤਨ ਕੀਤਾ ਤੇ ਨੇਤਰਹੀਣਾ ਵਾਸਤੇ ਬਰੇਲ ਲਿਪੀ ਤਿਆਰ ਕਰਕੇ ਉਹਨਾਂ ਨੂੰ ਨੇਤਰਹੀਣਾ ਨੂੰ ਪੋਥੀਆਂ ਸਪਲਾਈ ਕੀਤੀਆਂ ਜੋ ਕਮਾਈ ਕੀਤੀ ਸੀ ਉਹ ਨੇਤਰਹੀਣਾ ਵਾਸਤੇ ਖਰਚ ਕਰ ਦਿੱਤੀ ਇਹ ਕਰਾਮਾਤਾ ਨਾਲ ਨਹੀਂ ਕੁਝ ਹੋਇਆ ਕਰਦਾ ਸੱਚ ਮੁੱਚ ਜਿਹੜਾ ਬੰਦਾ ਪਰਉਪਕਾਰ ਦੀ ਭਾਵਨਾ ਨਾਲ ਅਕਲ ਦੀ ਵਰਤੋਂ ਕਰਕੇ ਕੰਮ ਕਰਦਾ ਇਹ ਭਲਾ ਤਾਂ ਹੁੰਦਾ ਇਸ ਤਰ੍ਹਾਂ ਦੇ ਢੰਗਾਂ ਨਾਲ ਜਿਹੜੀਆਂ ਕਰਾਮਾਤੀ ਕਹਾਣੀਆਂ ਸਾਡੀਆਂ ਸਟੇਜਾਂ ਤੇ ਸੁਣਾਈਆਂ ਜਾ ਰੀਆਂ ਨੇ ਇਹਦੇ ਨਾਲ ਅਸੀਂ ਕਮਲੇ ਤਾਂ ਬਹੁਤ ਬਣ ਗਏ ਆ ਆਕਲਵੰਦ ਅਸੀਂ ਅੱਜ ਤੱਕ ਨਹੀਂ ਬਣ ਸਕੇ ਸਿਆਣੇ ਬਣੀਏ ਵਿਦਵਾਨ ਬਣੀਏ ਗੁਰਬਾਣੀ ਨੂੰ ਪੜਹੀਏ ਅਤੇ ਸਮਝੀਏ ਅਤੇ ਆਪਣੀ ਜ਼ਿੰਦਗੀ ਚ ਲਾਗੂ ਕਰੀਏ ਵਿਗਿਆਨਕ ਨਜ਼ਰੀਆ ਅਪਣਾਈਏ ਤਰਕ ਵਿਧੀ ਅਪਣਾਈਏ ਤੇ ਫਿਰ ਅਸੀਂ ਇਹ ਲੋਕ ਸੁਖੀ ਪਰਲੋਕ ਸੇਲੇ ਹੋ ਸਕਾਂਗੇ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਲੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ